एक ना तुहानू मैं चीज़ दिखा लग्या श्री मुक्तसर साहब दे विच खड़े इस टाइम माघी मेले ते जिहड़ी तुसीं आह लक्कड़ देख रहे हो। कई लोगों के दिमाग दे विच मेरे आप दे विच वी सीगा कि जिहड़ा कोयला है काला कोयला कच्चा कोयला किवें तैयार हुंदा। कई लोगों के दिमाग च इहनू साड़िया जांदा है, ये खाना चो निकलता है। तो उह सारिआं दा जवाब लैके एक बार तुहानू इह दिखा दईए कि इह लक्कड़ नू इस तरह के कुप बनाए हुए हैं। कुप बना के ये लक्कड़ सारी भरी जाती है तो उपरले पासे जिहड़ा तुसीं आह बिल्कुल उपरले पासे देख रहे हो ये खुला हुंदा, इहदे विच पक्का कोला पा के इहनू अग लाई जाती है। अग लाने तो बाद जिहड़ियां इह साइड ते तुसीं होल देख रहे हो इहदे विच दी धुखी जांदा। ਧੁਖਣ ਤੋਂ ਬਾਅਦ ਕਰਦੇ 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 ਕਿਉਂਕਿ ਜਦੋਂ ਲੱਕੜ ਨੂੰ ਅੱਗ ਪੈਣੀ ਹੈ ਅਤੇ ਜੇ ਹਵਾ ਜ਼ਿਆਦਾ ਪੈਂਦੀ ਹੈ ਤਾਂ ਜਿਹੜਾ ਅੱਗ ਲੱਗਦੀ ਹੈ ਤਾਂ ਇਹ ਧੁਖਣ ਵਾਸਤੇ ਇਹਦੇ ਵਿੱਚ ਧੁੱਪ ਦੇ ਵਿੱਚ ਲੱਕੜ ਨੂੰ ਜਿਹੜਾ ਇਹ ਪਾਇਆ ਜਾਂਦਾ ਅਤੇ ਉਸ ਤੋਂ ਬਾਅਦ ਉਸ ਟਾਈਮ ਹੁੰਦਾ ਉਨੀ ਦੇਰ ਰੱਖਣ ਤੋਂ ਬਾਅਦ ਜਿਹੜਾ ਹੈਗਾ ਕੋਇਲਾ ਤਿਆਰ ਹੋ ਜਾਂਦਾ। ਕੁਛ ਕੋਲੇ ਲੱਕੜ ਦੱਸਿਆ ਗਿਆ ਕਿ ਜਿਹੜੇ ਇਸ ਤਰ੍ਹਾਂ ਦੇ ਖੁੰਡ ਹੈ ਉਹ ਵੀ ਯੂਜ਼ ਕੀਤੇ ਜਾਂਦੇ ਆ ਔਰ ਇਸ ਤਰ੍ਹਾਂ ਦੀ ਲੱਕੜ ਜਿਹੜੀ ਹੈ ਪਤਲੀਆਂ ਡਾਣੀਆਂ ਜਿਹਨੂੰ ਕਹਿੰਦੇ ਜਾਂਦਾ ਉਹ ਵੀ ਯੂਜ਼ ਕੀਤੀ ਜਾਂਦੀਆਂ। ਸੋ ਇਸ ਤਰ੍ਹਾਂ ਦੇ ਕੁੱਪ ਜਿਹੜਾ ਹੈਗਾ ਬਣਨ ਤੋਂ ਬਾਅਦ ਇਹ ਕੋਇਲਾ ਜਿਹੜਾ ਹੈ ਤਿਆਰ ਹੋ ਜਾਂਦਾ ਔਰ ਇਹਨਾਂ ਬੋਰੀਆਂ ਦੇ ਵਿੱਚ ਭਰ ਕੇ ਆਪਣੇ ਘਰਾਂ ਦੇ ਵਿੱਚ ਆਉਂਦਾ ਜਿਹੜੇ ਕਿ ਤਕਰੀਬਨ 40 ਰੁਪਏ ਕਿਲੋ ਜਿਹੜਾ ਹੈਗਾ ਕੋਇਲਾ ਆਪਣੇ ਘਰਾਂ ਤੱਕ ਪਹੁੰਚਦਾ। ਸੋ ਆਹ ਦੇਖੋ ਜੀ ਕੋਇਲਾ ਤੁਹਾਨੂੰ ਦਿਖਾ ਦਈਏ ਸਾਰਾ, ਇਸ ਤਰ੍ਹਾਂ ਕੋਇਲਾ ਜਿਹੜਾ ਹੈ ਇਹ ਤਿਆਰ ਹੋ ਜਾਂਦਾ। ਸੋ ਕਈਆਂ ਦੇ ਦਿਮਾਗ ਦੇ ਵਿੱਚ ਸੀਗਾ ਕਿ ਕੋਇਲਾ ਕਿਵੇਂ ਤਿਆਰ ਹੁੰਦਾ, ਤੁਹਾਨੂੰ ਇਹ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਆਏ ਹਾਂ। ਇਸ ਤਰ੍ਹਾਂ ਦਾ ਦੇਖੋ ਕੁੱਪ ਹੈ ਜਿਹੜਾ ਇਹ ਇਸ ਤਰ੍ਹਾਂ ਬਣਾਏ ਜਾਂਦੇ ਆ, ਇਹਦੇ ਵਿੱਚ ਲੱਕੜ ਭਰੀ ਜਾਂਦੀ ਆ। ਬੈਕ ਸਾਈਡ ਤੁਸੀਂ ਦੇਖ ਰਹੇ ਹੋ ਜਿੱਥੋਂ ਧੂੰਆਂ ਨਿਕਲ ਰਿਹਾ, ਇਹ ਸਾਰਾ ਪ੍ਰੋਸੈਸ ਹੈ ਜਿਹੜਾ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਆਏ ਸੀ ਅਸੀਂ ਤਾਂ ਅਸੀਂ ਦੇਖਿਆ ਉੱਥੇ ਸਾਰਾ ਕੁਛ। ਸੋ ਤੁਹਾਡੇ ਨਾਲ ਸ਼ੇਅਰ ਕਰਨਾ ਬਣਦਾ, ਚੰਗਾ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਕਰ ਦਿਓ। ਧੰਨਵਾਦ ਜੀ। ਮਨੀਸ਼ ਪਾਂਧੀ, ਬਠਿੰਡਾ।